ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਅੱਜ ਜਦੋਂ ਪੂਰਾ ਸੰਸਾਰ ਦੁੱਖ ਦੀ ਘੜੀ 'ਚੋਂ ਨਿਕਲ ਰਿਹਾ ਤਾਂ ਕੁਝ ਸਿਆਸਤਦਾਨ ਇਸ ਮੌਕੇ ਨੂੰ ਵੀ ਸਿਆਸਤ ਦੇ ਤੌਰ 'ਤੇ ਵਰਤ ਰਹੇ ਨੇ। ਅੱਜ ਜਦੋਂ ਪੂਰਾ ਸੰਸਾਰ ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਤਾਂ ਅਜਿਹੇ ਵਿੱਚ ਪੰਜਾਬ ਸਰਕਾਰ ਵੀ ਸਿਆਸਤ ਕਰਨ ਤੋਂ ਪਿੱਛੇ ਨਹੀਂ ਹਟੀ। ਪੰਜਾਬ ਦੀ ਸਰਕਾਰ ਦੇ ਵੱਲੋਂ ਗਰੀਬ ਲੋਕਾਂ ਲਈ ਜਿਹੜਾ ਰਾਸ਼ਨ ਮੁਹੱਈਆ ਕੀਤਾ ਗਿਆ ਉਸ ਰਾਸ਼ਨ ਦੇ ਵਿੱਚ 10 ਕਿਲੋ ਆਟਾ, 2 ਕਿਲੋ ਦਾਲ, 2 ਕਿਲੋ ਚੀਨੀ, ਇਹ 3 ਚੀਜ਼ਾਂ ਰਾਸ਼ਨ ਸਮੱਗਰੀ ਦੇ ਵਿੱਚ ਮੁਹੱਈਆ ਕੀਤੀਆਂ ਗਈਆਂ। ਲੇਕਿਨ ਜਿਹੜੀਆਂ 3 ਚੀਜ਼ਾਂ ਰਾਸ਼ਨ ਸਮੱਗਰੀ ਦੇ ਵਿੱਚ ਮੁਹੱਈਆ ਕੀਤੀਆਂ ਗਈਆਂ ਇਹਦੇ ਲਈ ਇੱਕ ਸਪੈਸ਼ਲ ਬੋਰੀਆਂ ਬਣਾਈਆਂ ਗਈਆਂ ਔਰ ਉਹਨਾਂ ਬੋਰੀਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਤਸਵੀਰ ਵਿਸ਼ੇਸ਼ ਤੌਰ ਦੇ ਉੱਤੇ ਛਾਪੀ ਗਈ। ਹੁਣ ਸਵਾਲ ਇਹ ਉੱਠਦਾ ਕਿ ਦੁੱਖ ਦੀ ਘੜੀ ਦੇ ਵਿੱਚ ਜੇ ਪੰਜਾਬ ਸਰਕਾਰ ਸੱਚਮੁੱਚ ਰਾਹਤ ਦੇਣਾ ਚਾਹੁੰਦੀ ਸੀ ਤਾਂ ਪੰਜਾਬ ਸਰਕਾਰ ਨੂੰ ਇਹ ਸਪੈਸ਼ਲ ਬੋਰੀਆਂ ਬਣਾਉਣ ਦੀ ਕੀ ਲੋੜ ਪਈ ਜਿਨ੍ਹਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲਾਉਣੀ ਪਈ? ਇਹਦੇ ਨਾਲ 2 ਤਰ੍ਹਾਂ ਦੀਆਂ ਸਥਿਤੀਆਂ ਸਗੋਂ ਦੀ ਗੁੰਝਲਦਾਰ ਬਣੀਆਂ। ਇੱਕ ਤਾਂ ਇਹ ਕਿ ਬੋਰੀਆਂ ਦੇ ਉੱਤੇ ਤਸਵੀਰ ਲਾਉਣ ਦੇ ਉੱਤੇ ਹੀ 3-4 ਦਿਨ ਦਾ ਸਮਾਂ ਲੱਗ ਗਿਆ, ਦੂਸਰਾ ਇਹ ਕਿ ਸਪੈਸ਼ਲ ਬੋਰੀਆਂ ਤਸਵੀਰ ਵਾਲੀਆਂ ਬਣਾਉਣ ਦੇ ਉੱਤੇ ਹੀ 2 ਲੱਖ ਕਰੋੜ ਰੁਪਇਆ ਪੰਜਾਬ ਸਰਕਾਰ ਦਾ ਖਰਚ ਹੋਇਆ ਜਿਹੜਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵੱਲੋਂ ਦਿੱਤਾ ਜਾਣਾ ਗਾ। ਸੋ ਅਜਿਹੇ ਦੇ ਵਿੱਚ ਵਿਰੋਧੀ ਧਿਰਾਂ ਨੇ ਵੀ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਕਿ ਪੰਜਾਬ ਸਰਕਾਰ ਮੁਸੀਬਤ ਦੀ ਇਸ ਘੜੀ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਚੱਲਦਿਆਂ ਸਿਆਸਤ ਕਰ ਰਹੀ ਹੈ ਅਤੇ ਜਿਹੜੀਆਂ ਬੋਰੀਆਂ ਇਹਨਾਂ ਦੇ ਵੱਲੋਂ ਪ੍ਰੋਵਾਈਡ ਕੀਤਾ ਗਿਆ ਰਾਸ਼ਨ ਜਿਸ ਦੇ ਉੱਤੇ ਪੰਜਾਬ ਸਰਕਾਰ ਦਾ ਲੋਗੋ ਵੀ ਲੱਗਿਆ ਹੋਇਆ, ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਨਿਮਾਣਾ ਯਤਨ ਵੀ ਲਿਖਿਆ ਹੋਇਆ ਕਿ ਉਹਦੇ 'ਤੇ ਤਸਵੀਰਾਂ ਲਾਉਣ ਦੀ ਕੋਈ ਲੋੜ ਨਹੀਂ ਸੀ। ਪਿੰਡਾਂ ਦੇ ਵਿੱਚ ਲੋਕਾਂ ਨੂੰ 1 ਕਿਲੋ ਆਟਾ ਦਾਲ ਦਿੱਤੀ ਜਾ ਰਹੀ ਹੈ ਪਰ ਸਰਪੰਚ ਇਹ ਆਟਾ ਦਾਲ ਪਿੰਡਾਂ ਵਿੱਚ ਵੰਡ ਰਹੇ ਹਨ ਪਰ ਬੜੇ ਚੋਅ ਨਾਲ ਵੰਡ ਰਹੇ ਹਨ। 1 ਜਾਣੇ ਨੂੰ ਦਾਲ ਪਾਣੀ ਦਿੱਤਾ ਜਾਂਦਾ ਹੈ ਅਤੇ 10 ਜਾਣੇ ਫੋਟੋ ਖਿਚਾਉਣ ਨੂੰ ਨਾਲ ਖੜ ਜਾਂਦੇ ਹਨ। ਇਹ 1 ਪੰਜਾਬ ਵਿੱਚ ਸਿਆਸਤ ਖੇਡੀ ਜਾ ਰਹੀ ਹੈ। ਮੈਂ ਪਰਮਜੀਤ ਕੌਰ ਗੁੰਟੀ, ਜ਼ਿਲ੍ਹਾ ਕਨਵੀਨਰ ਮਨਰੇਗਾ ਬਰਨਾਲਾ। ਕੋਰੋਨਾ ਵਾਇਰਸ ਤਹਿਤ ਪੰਜਾਬ ਸਰਕਾਰ ਵੱਲੋਂ ਜੋ ਗਰੀਬਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਇਹ ਰਾਸ਼ਨ ਪਿੰਡਾਂ ਦੀਆਂ ਪੰਚਾਇਤਾਂ ਕੋਲ ਪਹੁੰਚਦਾ। ਪਿੰਡਾਂ ਦੇ 5 ਸਰਪੰਚ ਲੋੜਵੰਦਾਂ ਨੂੰ ਰਾਸ਼ਨ ਦੇਣ ਦੀ ਬਜਾਏ ਆਪਣੇ ਚਹੇਤਿਆਂ ਨੂੰ ਰਾਸ਼ਨ ਦੇ ਰਹੇ ਨੇ। ਇਹ ਗੱਲ ਇਕੱਲੇ ਗੁਮਟੀ ਪਿੰਡ ਦੀ ਨਹੀਂ, ਇਹ ਕਹਾਣੀ ਹਰ ਇੱਕ ਪਿੰਡ ਦੀ ਹੈ। ਜਿੱਥੋਂ ਦੀਆਂ ਪੰਚਾਇਤਾਂ ਮਜ਼ਦੂਰਾਂ ਦੇ ਵਿਰੋਧੀ ਨੇ ਉਹ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਕੀਮਾਂ ਨਹੀਂ ਦਿੰਦੇ ਸਗੋਂ ਆਪਣੇ ਚਹੇਤਿਆਂ ਨੂੰ ਦੇ ਦਿੰਦੇ ਨੇ। ਦੇਖੋ ਇਹੋ ਜਿਹੀ ਦੁੱਖ ਦੀ ਘੜੀ ਦੇ ਵਿੱਚ ਵੀ ਸਿਆਸੀ ਰੰਜਸ ਰੱਖੀ ਜਾ ਰਹੀ ਆ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਫਰਵਰੀ ਮਹੀਨੇ ਵਿੱਚ ਜੋ ਨੀਲੇ ਕਾਰਡ ਧਾਰਕਾਂ ਨੂੰ ਕਣਕ ਮਿਲਦੀ ਸੀ ਮੇਰੇ ਪਿੰਡ ਦੇ 35-40 ਮਜ਼ਦੂਰਾਂ ਦੀ ਕਣਕ ਕੱਟੀ ਜਾ ਚੁੱਕੀ ਆ। ਇਹਨਾਂ ਮਜ਼ਦੂਰਾਂ ਦੀ ਕੱਟੀ ਹੋਈ ਕਣਕ ਚਾਲੂ ਕੀਤੀ ਜਾਵੇ ਅਤੇ ਜਿਹੜੀ ਪੰਜਾਬ ਸਰਕਾਰ ਨੇ ਕਿਹਾ ਗਿਆ ਕਿ ਜਿਹੜੀ 5 ਕਿਲੋ ਮਹੀਨੇ ਦੇ ਹਿਸਾਬ ਨਾਲ ਕਣਕ ਮਿਲਣੀ ਆ ਉਹ ਬਿਨਾਂ ਨੀਲੇ ਕਾਰਡ ਦੀ ਸ਼ਰਤ ਤੋਂ ਦਿੱਤੀ ਜਾਵੇ। ਕਹਿਣ ਤੋਂ ਭਾਵ ਕਿ ਹਰ ਇੱਕ ਗਰੀਬ ਪਰਿਵਾਰ ਨੂੰ ਕਣਕ ਮਿਲਣੀ ਚਾਹੀਦੀ ਹੈ।